ਅਸਾਂ ਜਾਣ ਵੀ ਦੈਸਾਂ ਤੁਸਾਂ ਇੱਕ ਲਫ਼ਜ਼ ਬਦਲਾਓ ਨਾ ਤੁਸਾਂ ਅਜੀ ਨਿੱਕਾ ਨਿੱਕੇ ਬੜੀ ਗੱਲ ਗਲਤ ਕੀਤੀ ਤੇ ਨਿੱਕਾ ਜੀ ਤੁਸਾਂ ਆਖੋ ਨਾ ਛੋਟੇ ਮੋਟੇ ਭਰਾ ਹੋ ਫਿਰ ਅਸਾਂ ਤੁਸਾਂ ਵਾਸਤੇ ਆਖਰੀ ਖੂਨ ਕਤਰਾ ਵੀ ਪੇਸ਼ ਕਰਸਾਂ ਲੇਕਾਂ ਨੂੰ ਤੁਸਾਂ ਮੈਨੂੰ ਇਹ ਗੱਲ ਦੱਸੋਗੇ ਤੁਸਾਂ ਹੁਣ ਕਿਉਂ ਸਤਾਰ ਚਿਕਾਈ ਹੁਣ ਤੁਸਾਂ ਭਰਾ ਨਹੀਂ ਤੁਸਾਂ ਸ਼ੇਰਖਾਨ ਬਣੇ ਹੋ ਬਣੇ ਤੇ ਬਿਸਮਿਲਾ ਮੈਂ ਸ਼ੇਰ ਬਣਾ ਤੇ ਸ਼ੇਰਖਾਨ ਹੀ ਹਾਂ ਬਿਲਕੁਲ ਠੀਕ ਹੈ ਪੜੋ ਤੇ ਮੈਂ ਸ਼ੇਰਾਂ ਨਾਲ ਸ਼ੇਰ ਸ਼ੇਰਾਂ ਨਾਲ ਸ਼ੇਰ ਵੀ ਦੱਸੋ ਤੁਸਾਂ ਸੁਰ ਚਿਕਾਈ ਤੇ ਸ਼ੇਰਾਂ ਨਾਲ ਸ਼ੇਰ ਦੱਸੋ ਜੀ ਬਿਸਮਿਲਾ ਸੋਰੀ ਨਾ ਮਰਜ਼ੀ ਨਹੀਂ ਰਖਾਈ ਇਹਨਾਂ ਸ਼ੇਰਾਂ ਪਿੱਛੇ ਸ਼ੇਰ ਦੈਸਾਂ ਤੇ ਜੇ ਨਾ ਦੈਸਾਂ ਤੇ ਸਟੇਜ ਉੱਪਰ ਵੀ ਲੈ ਸੋਂ ਫਟਿਆ ਯੂਤਾ ਸਰਗਮ ਇੱਕ ਮਿੰਟ ਜੀ ਜੀ ਬਿਸਮਿਲਾ ਗੱਲ ਤੁਸਾਂ ਬਹੁਤ ਬੜੀ ਕਰੀ ਛੋੜੀ ਕਿ ਮੈਂ ਸਟੇਜ ਉੱਪਰ ਵੀ ਲੈ ਸਾਂ ਲੈ ਉੱਥੇ ਰੱਖੋ ਜਿੱਥੇ ਜੀ ਬਿਸਮਿਲਾ ਲੈ ਰੱਖਸਾਂ ਮੈਂ ਤੁਸਾਂ ਅਰਬੇ ਗੁਰਾ ਨਾ ਤੇ ਬੇਸੁਰਾ ਵੀ ਨਾ ਮੈਂ ਲੈ ਵੀ ਰੱਖਸਾਂ ਤੇ ਮੈਂ ਸਾਰਾ ਕੁਝ ਰੱਖਸਾਂ ਮੈਂ ਤੁਸਾਂ ਅਰਬੇ ਗੁਰਾ ਬੇਸੁਰਾ ਨਾ ਠੀਕ ਹੈ ਜੋ ਜੋ ਕੋ ਤੁਸਾਂ ਪੜਿਆ ਨਾ ਆਪਣੇ ਸਜਿੰਦੇ ਕੋਲ ਪੁੱਛੋ ਤੁਸਾਂ ਗੁਰਾ ਸੁਰਾ ਵਿੱਚ ਪੜਿਆ ਸ਼ੇਰਾਂ ਕੀ ਛੋੜੀ ਰਹਿ ਇਹ ਤੁਸਾਂ ਵੀ ਦੱਸੋ ਕਿ ਸ਼ੇਰ ਕਿਸ ਤਰ੍ਹਾਂ ਪੜੀ ਮੈਂ ਸ਼ੇਰਾਂ ਦੀ ਗੱਲ ਹੀ ਨਹੀਂ ਕੀਤੀ ਸ਼ੇਰਾਂ ਤੋਂ ਇਲਾਵਾ ਤੁਸਾਂ ਕਮਲੀ ਪੜੀ ਉਸਨੇ ਵੀ ਰਿਜ਼ਲਟ ਸਾਜੀਆਂ ਕੋਲੋਂ ਪੁੱਛੋ ਇੱਕ ਮਿੰਟ ਜੀ ਇੱਕ ਮਿੰਟ ਸਮਲੂਕ ਪੜੀ ਉਸਨੇ ਵੀ ਰਿਜ਼ਲਟ ਸਾਜੀਆਂ ਕੋਲੋਂ ਪੁੱਛੋਗੇ ਸਦਾ ਸੁਰਾਜ ਪੜੀ ਨਾ ਇੱਕ ਮਿੰਟ ਜੀ ਇੱਕ ਮਿੰਟ ਮਾੜਾ ਬੇਸ ਸ਼ੇਰਖਾਨੀ ਹੈ ਮਾੜੇ ਵਾਲਾ ਦੌਰਾ ਸ਼ੇਰਖਾਨੀ ਕੀਤੀ ਜੇ ਸ਼ੇਰਖਾਨੀ ਗਲਤ ਕਰਾਂ ਤਾਂ ਗੱਲ ਕਰੇ ਤੁਸਾਂ ਬਾਕੀ ਚੀਜ਼ਾਂ ਫਿਰ ਕਿਉਂ ਪੜਨੀ ਉਹ ਬੇਸ ਸ਼ੇਰਖਾਨੀ ਹੈ ਆਯਾਤ ਕੌਮ ਮਾੜੀ ਆਭਾਸੀ ਹੈ ਇਹ ਗੱਲ ਕੋਈ ਬਿਲਕੁਲ ਆਪਣੀ ਜ਼ਿਹਨੋਂ ਗੁਮਾਨੋਂ ਚੋਂ ਕੱਢੀ ਸਟੈ ਸ਼ੇਰ ਤਾਂ ਪੜਸਾਂ ਜੇ ਸ਼ੇਰਾਂ ਨਾਲ ਸ਼ੇਰ ਦੱਸ ਹੁੰਦਾ ਹੈ ਇਤਨੀ ਇਹ ਚਿਕਾਈ ਕਰਾਂ ਤਾਂ ਮੈਂ ਆਵਾਜ਼ਾਂ ਮਾਰਾਂ ਕਿਉਂ ਮਾੜਾ ਦਿਮਾਗ ਖਰਾਬ ਆ ਅਗਲਾ ਸ਼ੇਰਾਂ ਨਾਲ ਸ਼ੇਰ ਨਾ ਦੱਸ ਹੁੰਦਾ ਫਿਰ ਸ਼ੇਰ ਨਹੀਂ ਆਉਣ ਲਈ ਮੈਂ ਤਾਂ ਸ਼ੇਰ ਪੜਸਾਂ ਕਿਉਂ ਨਾ ਪੜਸਾਂ ਲੇਕਿਨ ਅਗਲਾ ਸ਼ੇਰਾਂ ਨਾਲ ਸ਼ੇਰ ਵੀ ਦੱਸਾਂ ਫਟਿਆ ਯੂਦਾ ਸਰਗਮ ਮਾਤਮ ਜੇ ਹੋਏ ਸਤਾਰ ਦੇ ਤਾਰ ਜਾਗੇ
ਕੀਤੀ ਆ, ਤੁਸੀਂ ਲੈ ਵੀ ਤੱਕੀ ਕੀਤੀ, ਤੁਸੀਂ ਸ਼ੇਰ ਵੀ ਤੱਕੀ ਕਹਿੰਦਾ, ਤੁਸੀਂ ਸੁਰ ਵੀ ਤੱਕੀ ਕੀਤੀ, ਤੁਸੀਂ ਫੈਸਲਾ ਆਵਾਮ ਕਰੀ ਸੱਟੋ ਮਾੜੇ ਆਖਦੇ ਨੇ ਜ਼ਰੂਰਤ ਹੀ ਨਹੀਂ। ਤੁਸੀਂ ਇਸ ਲੈ ਪਰ ਪੜਿਆ ਜਿੱਥੇ ਮੈਂ ਪੜਿਆ ਜੀ, ਬਿਸਮਿਲ੍ਲਾ ਤੁਸੀਂ ਜਿਹੜੀ ਲੈ ਪੜੀ ਸਵੇਰਾ ਰਿਕਾਰਡਿੰਗ ਆਪਣੀ ਸੁਣੀ ਕਿਣਿਆ ਤੇ ਵਾਲਦ ਰੋਂਗੀ ਦੱਸਿਆ ਏ, ਤੁਸੀਂ ਮੈਨੂੰ ਦੱਸੋ ਜੀ ਜੀ ਮੈਂ ਤੁਹਾਨੂੰ ਕੀ ਦੱਸਣਾ, ਤੁਸੀਂ ਕੀ ਆਪਣੇ ਵਾਲਦ ਔਰ ਖੁਦ ਰਿਜ਼ਲਟ ਦੇ ਸੁਣ ਕਿ ਇਹ ਜਿਹੜੀ ਲੈ ਤੁਸੀਂ ਤੋੜਨੇ ਪਿਓ ਇਸ, ਤੁਸੀਂ ਕੀ ਉਹ ਦੱਸੀ ਸੱਚੋ ਮਿਗੀ ਉਮੀਦ ਹੀ ਕਿ ਜ਼ਹਿਰੀ ਗੱਲ ਉਹਨਾਂ ਬਜ਼ੁਰਗਾਂ ਆਪਣੇ ਪੁਠਵਾਰੀ ਚ ਵਕਤ ਵਾਰਿਆ ਗੁਜ਼ਾਰਿਆ ਬੜਾ ਚੰਗਾ, ਉਹ ਕਦੇ ਵੀ ਗਲਤ ਫੈਸਲਾ ਨਹੀਂ ਦੇਣ ਲਈ, ਤੁਸੀਂ ਉਹਨਾਂ ਕੋਲ ਫੈਸਲਾ ਕਰਿਆ ਦੱਸੋ।